ਇੱਕ ਘਰ ਵਿੱਚ ਅਸੀਂ ਛੇਵਾਂ ਸੱਤਵਾਂ ਫੇਰਾ ਗਏ, ਹਰ ਫੇਰੇ ਲੱਖਾਂ ਨਹੀਂ ਕਰੋੜਾਂ ਦੀ ਤਾਦਾਦ ਵਿੱਚ ਜਿੰਨਾ ਤਾਂ ਅਸੀਂ ਖੱਪ ਗਏ ਇਲਾਜ ਕਰ ਕਰ, ਸਮਝ ਨਾ ਆਏ। ਅਚਾਨਕ ਅੱਲਾਹ ਤਾਲਾ ਦੀ ਕੋਈ ਰਹਿਨਮਾਈ ਆਈ, ਅਸਾਂ ਪੁੱਛਿਆ ਤੁਹਾਡੇ ਘਰ ਤਾਵੀਜ਼ ਤੇ ਨਹੀਂ? ਨਾ, ਕਿਤੋਂ ਪਿਆ? ਮੁਸੱਲਾ ਸੀ, ਮੁਸੱਲੇ ਉੱਤੇ ਇੱਕ ਡਿਜ਼ਾਇਨ ਬਣਿਆ ਸੀ ਧਾਗੇ ਦਾ, ਉਹ ਵੀ ਨਾ ਹੱਥ ਲੱਗਾ ਰੜਕਿਆ, ਉਹਦੇ ਵਿੱਚ ਨਾ ਮਸ਼ੱਕ ਪਿਆ, ਉਹ ਥੱਲੇ ਵਾਲੇ ਪਾਸੇ ਕੱਪੜਾ ਲੱਗਾ, ਉਹ ਕੱਟਿਆ, ਉਹ ਚੋਂ ਤਵੀਜ਼ ਨਿਕਲਿਆ, ਉੱਥੋਂ ਕੰਮ ਸ਼ੁਰੂ ਹੋ ਗਿਆ। ਡੇਢ ਛਾਪਰ, ਐਡੇ ਡੇਢ ਛਾਪਰ ਤਵੀਜ਼ਾਂ ਦਾ ਉਹਨਾਂ ਦੇ ਘਰੋਂ ਕੱਢਿਆ, ਜੋ ਹੀ ਤਵੀਜ਼ ਖਤਮ ਹੋਏ ਨਾਲ ਹੀ ਜਾਦੂ ਜਿੰਨਾਤ ਖਤਮ ਹੋ ਗਿਆ। ਇਹ ਮੇਰੇ ਖੁਦ ਮੁਸ਼ਾਹਦੇ ਤਜਰਬੇ, ਅਸੀਂ ਯਕੀਨ ਜਾਣੋ ਰੋਣ ਕੇ ਹੋ ਗਏ ਸਾਂ, ਰੋਜ਼ਾਨਾ ਹੋਣਾ ਪੈਂਦਾ ਸੀ ਸਫ਼ਰ ਕਰਕੇ। ਯਾਨੀ ਇਹ ਤਾਵੀਜ਼, ਔਰ ਤੁਸੀਂ ਇੱਕ ਹੋਰ ਵੀ ਲਫ਼ਜ਼ ਸੁਣਿਆ, ਕਾਲਾ ਇਲਮ ਸੁਣਿਆ ਜੇ? ਕਾਲਾ ਇਲਮ ਕੀ ਹੁੰਦਾ ਪਤਾ ਤੁਹਾਨੂੰ? ਤੁਸੀਂ ਇਹ ਜੁਮਲਾ ਵੀ ਸੁਣਿਆ ਹੋਣਾ ਕਿ ਕਾਲਾ ਇਲਮ ਜਿਹੜਾ ਹੁੰਦਾ ਨਾ, ਕੁਰਾਨ ਪੁੱਠਾ ਪੜ੍ਹਦੇ ਨੇ, ਇਹ ਤਾਂ ਸੁਣਿਆ ਜੇ ਨਾ? ਕਾਲੇ ਇਲਮ ਜਾਂ ਕਈ ਕਿਸ, ਉਹਨਾਂ 'ਚ ਕਿਸਮ ਹੈ ਕੁਰਾਨ ਉਲਟਾ। ਉਲਟਾ ਕੁਰਾਨ ਕੀ ਹੈ? ਉਲਟਾ ਕੀ, ਕੁਰਾਨੇ ਪਾਕ ਲਫ਼ਜ਼ਾਂ ਵਿੱਚ ਉਤਰਿਆ, ਹਰਫਾਂ ਵਿੱਚ ਉਤਰਿਆ, ਜਾਂ ਹਿੰਦਸਿਆਂ 'ਚ? ਤਿੰਨਾਂ 'ਚੋਂ ਬੰਦਿਆਂ ਨੂੰ ਪਤਾ ਲੱਗਿਆ ਜੇ ਮੌਲਣਾ, ਬਾਕੀ ਸਾਰੇ ਪਰੇਸ਼ਾਨ ਨੇ। ਕੁਰਾਨ ਪਾਕ ਵੇਖਿਆ ਨਹੀਂ ਤੁਸੀਂ ਕਦੀ? ਦੱਸੋ ਵੇਖਿਆ ਜੇ ਕਿ ਨਹੀਂ ਕਦੀ? ਅਤੇ ਕੁਰਾਨ ਪਾਕ ਦੇ ਉੱਤੇ ਹਰਫ ਲਿਖੇ ਹੁੰਦੇ ਨੇ ਕਿ ਲਿਖਿਆ ਹੁੰਦਾ? ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਦਸ ਗਿਆਰਾਂ ਬਾਰਾਂ ਤੇਰਾਂ, ਇਹ ਲਿਖਿਆ ਹੁੰਦਾ ਹਰਫ। ਕੁਰਾਨ ਪਾਕ ਉਤਰਿਆ ਹਰਫਾਂ 'ਚ, ਹੁਣ ਜਦੋਂ ਹਰਫਾਂ ਨੂੰ ਲਿਆਉਣਾ ਹਿੰਸਿਆਂ 'ਚ, ਬਸ ਬਿਸਮਿਲ੍ਲਾਹਿਰਰਹਿਮਾਨਿਰਰਹੀਮ, 19 ਹਰਫ ਕਿੰਨੇ? ਹੁਣ ਜਦੋਂ 19 ਹਰਫਾਂ ਨੂੰ ਅਸਾਂ ਲੈਣ ਦਾ ਹਿੰਸਿਆਂ 'ਚ, 786 ਆ ਜੇ ਕਾਲਾ ਇਲਮ, ਤੁਹਾਨੂੰ ਸਮਝ ਇਹਦੇ ਕੋਈ ਨਹੀਂ ਲੱਗੀ। ਅਤੇ ਜਿਹੜੇ ਤਵੀਜ਼ ਨੇ ਕਦੀ ਫੋਲ ਕੇ ਵੇਖਿਆ ਕਰੋ ਤਵੀਜ਼। ਆ ਹੁਣ ਵੀ ਮੈਨੂੰ ਇੱਕ ਬੰਦੇ ਨੇ ਸ਼ਾਮ ਵਾਲੇ ਵਟਸਐਪ ਕੀਤੇ ਨੇ, ਆਪ ਪੜ੍ਹ ਕੇ ਦੱਸੋ ਕੀ ਲਿਖਿਆ ਤਵੀਜ਼ਾਂ? ਐਸਾ ਡੱਬੀਆਂ ਬਣੀਆਂ ਨੇ, ਹਿੰਸੇ ਲਿਖੇ ਨੇ। ਉਹ ਹਿੰਸੇ ਕਾਹਦੇ ਹੁੰਦੇ ਨੇ? ਕੁਰਾਨ ਦੀਆਂ ਸੂਰਤਾਂ ਦੇ। ਕੁਰਾਨੇ ਪਾਕ ਨਾਜ਼ਲ ਹੋਇਆ ਹਰਫਾਂ 'ਚ, ਇਹਦਾ ਉਲਟ ਕੀਤਾ ਹਿੰਸਿਆਂ 'ਚ, ਕੁਰਾਨ ਨੇ ਇਹਨੂੰ ਕੁਫਰ ਕਿਹਾ। ਇਹ ਜੇ ਕਾਲਾ ਇਲਮ, ਇਹ ਨਕਸ਼ ਜਦੋਂ ਤੁਹਾਡੇ ਘਰਾਂ 'ਚ ਪਏ ਰਹਿੰਦੇ ਨਾ, 10 ਦਿਨ 15 ਦਿਨ ਗੁਜ਼ਰਨ ਤੋਂ ਬਾਅਦ ਖੁਦ ਬਖੁਦ ਜਾਦੂ ਬਣ ਜਾਂਦਾ। ਅੱਲਾ ਵਾਸਤੇ ਆ ਤਵੀਜ਼ਾਂ ਦਾ ਕੰਮ ਛੱਡ ਦਿਓ, ਛੱਡ ਦਿਓ, ਜੇ ਬੱਚਣਾ ਜਦ ਛੱਡ ਦਿਓ। ਤੁਸੀਂ ਖੁਦ ਬਿਮਾਰੀਆਂ ਖਰੀਦਣ ਡੇ ਹੋ ਖੁਦ। ਤਵੀਜ਼ ਤਵ ਚੋਏ, ਅੱਲਾ ਦੀ ਪਨਾਹ ਲੈਣੀ, ਉਹ ਕੀ ਹੈ? ਕੁਲ ਆਊਜ਼ੋ ਮੇਰਾ ਬਿਲ ਫਲਕ, ਆ ਜੇ ਤਵੀਜ਼, ਯਾਨੀ ਪੜ੍ਹ ਕੇ ਅੱਲਾ ਦੀ ਪਨਾਹ ਲਵੋ, ਪੜ੍ਹ ਕੇ, ਕਾਗਜ਼ ਨਾਲ ਨਹੀਂ ਕਿ ਕਾਗਜ਼ ਬਣ ਕੇ ਨਹੀਂ। ਹਜ਼ਰਾਂ ਤਰਜ਼ ਕਰ ਰਿਹਾ ਮਾਂ ਬਾਪ।